ताजातरीन खबरों के लिए प्राइम न्यूज 24 को सब्सक्राइब करें और बेल आइकन का बटन दबाएं। नमस्कार, आप देख रहे हैं प्राइम न्यूज 24, मैं हूं कृतिका। कोरोना महामारी के चलते यहां देश में पॉजिटिव मरीजों की गिनती बढ़ रही है, वहीं और भी कई मुश्किलों का सामना लोगों को करना पड़ रहा है। चाहे अब लॉकडाउन के बाद सरकार की तरफ से लोगों को बहुत ढील दे दी गई हो, सैलरी को लेकर सड़कों पर भी नज़र आ रहे हैं। बटाला में मारुति शोरूम के स्टाफ की तरफ से अपनी लटक रही सैलरी को लेकर प्रदर्शन किया। आज शोरूम के बाहर शोरूम के मैकेनिकल और दूसरे सभी स्टाफ की तरफ से बीते 2 महीने की सैलरी ना मिलने के चलते रोष जताते हुए शोरूम के बाहर प्रदर्शन किया और स्टाफ के लोगों का कहना था कि उनको पिछले काफी दिनों से कहा जा रहा है कि सैलरी जल्द मिलेगी, लेकिन मिल नहीं रही। उधर शोरूम मैनेजर बीएस संधू का कहना था कि 2 महीने तो शोरूम बंद रहा और कामकाज नहीं हुआ, और मैनेजर का कहना था कि स्टाफ को आश्वासन दिया गया है कि जल्द ही उन्हें सैलरी दे दी जाएगी। प्राइम न्यूज 24 के लिए गुरदासपुर से जतेंद्र कुंडल की रिपोर्ट। ਅਸੀਂ ਪਠਾਨਕੋਟ ਵੀਕਲੀਟ ਗਰੁੱਪ ਦੇ ਸਾਰੇ ਇੰਪਲਾਈ ਹਾਂ। ਅਸੀਂ ਪਿਛਲੇ 2 ਮਹੀਨਿਆਂ ਤੋਂ ਸਾਡੀ ਜਿਹੜੀਆਂ ਸੈਲਰੀਆਂ ਵਾ ਉਹ ਰੋਕ ਦਿੱਤੀਆਂ ਗਈਆਂ ਵਾ। ਅੱਜ ਵੀ ਜਦੋਂ ਅਸੀਂ ਕੰਮ ਕਰਦੇ ਪਏ ਹਾਂ ਪਿਛਲੇ 5-6 ਦਿਨਾਂ ਤੋਂ, ਸਾਨੂੰ ਕਹਿੰਦੇ ਕਿ ਤੁਹਾਡੀ ਸੈਲਰੀ ਕੋਈ ਗੱਲ ਨਹੀਂ, ਤੁਸੀਂ ਕੰਮ ਕਰੋ, ਅਸੀਂ ਦੇ ਜਲਦੀ ਦੇ ਦਿਆਂਗੇ। ਪਰ ਅੱਜ ਦੀ 9 ਤਰੀਕ ਹੋ ਗਈ, ਅੱਜ ਹਾਂ 7 ਤਰੀਕ ਨੂੰ ਸਾਡੀ ਜਿਹੜੀ ਸੈਲਰੀ ਆ ਉਹ ਪਾ ਦਿੱਤੀ ਜਾਂਦੀ ਹੈ, ਪਰ ਹਾਲੇ ਤੱਕ ਸੈਲਰੀ ਨਹੀਂ ਪਾਈ ਗਈ ਸਾਡੀ। ਅਤੇ ਸਾਡੀ ਵੀਕਲੀਟ ਤੋਂ ਇਹੀ ਡਿਮਾਂਡ ਹੈ ਕਿ ਸਾਡੀ ਜਿਹੜੀ ਸੈਲਰੀਆਂ ਵਾ ਉਹ ਸਾਨੂੰ ਦਿੱਤੀ ਜਾਣ, ਪਲੱਸ ਸਾਡੇ ਜਿਹੜੇ ਇਨਸੈਂਟਿਵ ਪਾਲਿਸੀ ਜਿਹੜੀ ਆ ਪਿਛਲੇ 2 ਦਸੰਬਰ ਤੋਂ ਪੈਂਡਿੰਗਾਂ ਪਈਆਂ ਉਹ ਵੀ ਸਾਨੂੰ ਨਾਲ ਦਿੱਤੇ ਜਾਣ। ਔਰ ਉਸ ਤੋਂ ਬਾਅਦ ਦੇ ਵਿੱਚ 10 ਦਿਨ ਹੋ ਗਏ ਖੁੱਲ੍ਹੀ ਨੂੰ, ਸਾਰੀਆਂ ਚੀਜ਼ਾਂ ਹੋ ਰਹੀਆਂ। ਔਰ ਇਹ ਜੋ ਜਿੰਤੀ ਜਿਨ੍ਹਾਂ ਨੇ ਜਿਹੜੀ ਮਈ ਮਹੀਨੇ ਦਾ ਜਦੋਂ ਤੋਂ ਖੁੱਲ੍ਹੀ ਹੈ ਉਹ 2 ਵਜੇ ਤੱਕ ਇਹਨਾਂ ਦੀ ਕ੍ਰੈਡਿਟ ਹੋ ਜਾਏਗੀ। ਅੱਜ ਕ੍ਰੈਡਿਟ ਹੋ ਜਾਏਗੀ, ਅੱਜ ਹੋ ਜਾਏਗੀ ਕ੍ਰੈਡਿਟ। ਤੇ ਫਿਰ ਉਸ ਕੇ ਬਾਅਦ ਵੀ ਅਗਰ ਬੋਲਦੇ ਆ ਕਿ ਵੀ ਮੰਨ ਲਓ ਅੱਜ 2 ਵਜੇ ਤੱਕ ਕ੍ਰੈਡਿਟ ਨਹੀਂ ਹੁੰਦੀ, ਫਿਰ ਇਹ ਤੁਹਾਡਾ ਔਨ ਰਿਕਾਰਡਡ ਆ। ਜੇ 2 ਵਜੇ ਤੱਕ ਕ੍ਰੈਡਿਟ ਨਹੀਂ ਹੁੰਦਾ, ਕ੍ਰੈਡਿਟ ਨਹੀਂ ਹੁੰਦਾ, ਫਿਰ ਆਪਣਾ ਹੱਕ ਰੱਖ ਸਕਦੇ ਦੁਬਾਰਾ? ਹਾਂਜੀ, ਫਿਰ ਆਪਣਾ ਹੱਕ ਰੱਖ ਸਕਦੇ ਦੁਬਾਰਾ? 2 ਵਜੇ ਤੱਕ ਕ੍ਰੈਡਿਟ ਨਹੀਂ ਹੁੰਦਾ? ਨਹੀਂ, 2 ਵਜੇ ਤੱਕ ਦੇਖੋ ਕਲੈਰੀਕਲ ਕੰਮ ਹੈ, ਪਰ ਜੋ ਮੈਨੂੰ ਕਮਿਟਮੈਂਟ ਮਿਲਿਆ 2 ਵਜੇ ਤੱਕ ਕ੍ਰੈਡਿਟ ਹੋ ਜਾਏਗੀ, 2 ਵਜੇ ਹੋ ਜਾਏਗੀ, 3 ਵਜੇ ਕ੍ਰੈਡਿਟ ਅੱਜ ਹੋ ਜਾਏਗੀ। ਤੁਸੀਂ ਇਹੋ ਹੀ ਚੀਜ਼ ਸੋ ਇਹਨਾਂ ਨੂੰ ਕਹੋ ਵੀ ਅੱਜ ਤੱਕ ਕ੍ਰੈਡਿਟ ਨਹੀਂ ਹੁੰਦੀ, ਨਹੀਂ ਹੁੰਦੀ ਤੇ ਸਵੇਰ ਤੋਂ ਤੁਸੀਂ ਆਪਣਾ ਦੇਖੋ ਲੋਕਤੰਤਰ ਹੱਕ ਆਪਣੀ ਆਵਾਜ਼ ਹਰ ਕਿਸੇ ਦਾ ਹੱਕ ਹੈਗਾ। ਪਰ ਇੱਕ ਚੀਜ਼ ਹੈ ਸਰ, ਲੋਕਤੰਤਰ 'ਚ ਬਾਤ ਸੁਣਨੀ ਤਾਂ ਪੈਂਦੀ ਨਾ ਕਿ ਨਹੀਂ ਸੁਣਨੀ ਪਏ, ਮੈਂ ਇਸੇ ਕਰਕੇ ਤੇ ਇਹਨਾਂ ਨੂੰ ਰਿਕੁਐਸਟ। ਦੂਸਰੀ ਗੱਲ ਉਹਨਾਂ ਨੇ ਕਹੀ ਆ ਵੀ ਨਾ ਸੈਨੇਟਾਈਜ਼ਰ ਅੰਦਰ ਸਾਨੂੰ ਦਿੱਤੇ ਗਏ, ਨਾ ਮਾਸਕ ਦਿੱਤੇ ਗਏ ਆ, ਨਾ ਸਾਬਣ ਦਿੱਤੇ ਗਏ, ਤੁਹਾਡੇ ਸਾਹਮਣੇ ਸਾਰਿਆਂ ਨੇ ਕਿਹਾ। ਨਹੀਂ ਸਰ, ਮਾਸਕ ਇੱਕ ਮੈਂ ਵੀ ਪਹਿਨਿਆ ਹੋਇਆ, ਆਹ ਦੇਖ ਲਓ ਮੇਰਾ ਵੀ ਆਪਣਾ ਬਣਿਆ ਹੋਇਆ ਹੈ। ਹਾਂ, ਵੀ ਵਿਲ ਟੇਕ ਅਪ ਵਿਦ ਦੀ ਡੀਲਰਸ਼ਿਪ, ਮੈਂ ਕਿ ਮਾਸਕ ਚਾਹੀਦੇ ਆ, ਬਾਕੀ ਸੈਨੇਟਾਈਜ਼ਰ ਆਹ ਮੈਂ ਆਪਕੋ ਦਿਖਾਤਾ ਹੂੰ ਕਿਤਨਾ ਆਪਣੇ ਪਾਸ ਪਿਆ ਹੈ, ਔਰ ਜੋ ਪੱਕਾ ਗੇਟ ਤੋਂ ਤੁਸੀਂ ਖੁਦ ਦੇਖ ਸਕਦੇ ਹੋ ਕੀਤਾ ਹੋਇਆ ਸਭ ਜਗ੍ਹਾ ਹੈ। ਅਗਰ ਫਰਜ਼ ਕਰੋ ਸਾਡੇ ਇੰਪਲਾਈਜ ਨੂੰ ਹਮ ਲੋਕੋ ਨੇ ਸ਼ੀਲਡ ਦਿੱਤੀ, ਅਗਰ ਆਪ ਆਓ ਮੈਂ ਦਿਖਾਤਾ ਹੂੰ ਮੇਰੇ ਪਾਸ ਵੀ ਹੈ, ਅਗਰ ਉਹ ਪਹਿਨਦੇ ਨਹੀਂ ਹੈ, ਕੋਈ ਪਹਿਨ ਕੇ ਕੰਮ ਨਹੀਂ ਕਰਦੇ, ਤੁਸੀਂ ਡੀਲਰਸ਼ਿਪ ਕਿਆ ਕਰੇ।